ਪੰਜਾਬੀ ਨੌਜਵਾਨ ਦੀ ਆਸਟ੍ਰੇਲੀਆ ਦੇ ਵਿੱਚ ਮੌਤ। ਬੇਕਾਬੂ ਟਰੱਕ ਵੱਜਿਆ ਦਰਖਤ ਦੇ ਵਿੱਚ, ਟੱਕਰ ਮਗਰੋਂ ਅੱਗ ਲੱਗਣ ਕਾਰਨ ਨੌਜਵਾਨ ਦੀ ਚਲੀ ਗਈ ਜਾਨ। ਚੰਗੇ ਭਵਿੱਖ ਅਤੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਸੁਧਾਰਨ ਦੇ ਲਈ ਇੱਕ ਨੌਜਵਾਨ ਜਿਹੜਾ ਕਿ ਅੰਮ੍ਰਿਤਸਰ ਜ਼ਿਲ੍ਹਾ ਦੇ ਤਹਿਸੀਲ ਅਜਨਾਲਾ ਦੇ ਪਿੰਡ ਰੋਖੀ ਦਾ ਰਹਿਣ ਵਾਲਾ ਸੀ, ਜਿਸਦੀ ਉਮਰ 37 ਸਾਲ ਦੇ ਕਰੀਬ ਸੀ ਤੇ ਉਹ ਆਸਟ੍ਰੇਲੀਆ ਦੇ ਵਿੱਚ ਟਰੱਕ ਡਰਾਈਵਰੀ ਕਰਦਾ ਸੀ ਤਾਂ ਅਚਾਨਕ ਬੀਤੀ ਦਿਨੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਸੜਕ ਹਾਦਸੇ ਦਾ ਸ਼ਿਕਾਰ ਹੋਣ ਦਾ ਕਾਰਨ ਇਹ ਰਿਹਾ ਕਿ ਟਰੱਕ ਹੈ ਜਿਹੜਾ ਉਹ ਸੰਤੁਲਨ ਗਵਾ ਬੈਠਿਆ ਆਪਣਾ ਤੇ ਸਿੱਧਾ ਜਾ ਕੇ ਦਰਖਤ ਦੇ ਵਿੱਚ ਵੱਜਿਆ, ਜਿਸ ਤੋਂ ਬਾਅਦ ਭਿਆਨਕ ਅੱਗ ਲੱਗ ਗਈ ਤੇ ਉਸ ਗੁਰਸਿੱਖ ਨੌਜਵਾਨ ਦੀ ਥਾਈ ਜਾਨ ਨਿਕਲ ਗਈ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਰੋ ਰੋ ਕੇ ਬੇਹਾਲ ਨੇ, ਕਿਉਂਕਿ ਜਦੋਂ ਅਜਿਹੀ ਖਬਰ ਘਰੇ ਪਹੁੰਚਦੀ ਹੈ ਤਾਂ ਪਰਿਵਾਰਕ ਮੈਂਬਰਾਂ ਦਾ ਜੋ ਹਾਲ ਹੁੰਦਾ ਹੈ, ਮਾਂ ਪਿਓ ਨੇ ਜਿਹੜੇ ਉਹ ਤਾਂ ਅਧਮਰੇ ਹੀ ਰਹਿ ਜਾਂਦੇ ਨੇ, ਕਿਉਂਕਿ ਇੰਨੇ ਪੈਸੇ ਲਾ ਕੇ ਪਹਿਲਾਂ ਉਹ ਆਪਣੇ ਧੀ ਪੁੱਤ ਨੂੰ ਬਾਹਰ ਭੇਜਦੇ ਨੇ ਤੇ ਬਾਅਦ ਵਿੱਚ ਜਦੋਂ ਅਜਿਹੀ ਖਬਰ ਆਉਂਦੀ ਹੈ ਤਾਂ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ। ਜਿਹੜੇ ਧੀ ਪੁੱਤ ਨੂੰ ਇੰਨੇ ਲਾਡਾ ਚਾਵਾਂ ਦੇ ਨਾਲ ਪਾਲਿਆ ਹੋਵੇ, ਜਦੋਂ ਉਸਦੀ ਮੌਤ ਦੀ ਖਬਰ ਉਹਨਾਂ ਦੇ ਜਿਉਂਦੇ ਜੀ ਉਹ ਸਾਹਮਣੇ ਆ ਜਾਵੇ ਤਾਂ ਕੀ ਉਹਨਾਂ ਦਾ ਜੀਣਾ ਰਹਿ ਜਾਂਦਾ ਹੈ, ਤਸਵੀਰਾਂ ਬਿਆਨ ਕਰ ਰਹੀਆਂ ਨੇ। ਤਾਂ ਇਸ ਮੌਕੇ ਪਿਤਾ ਦੇ ਨਾਲ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਕਿ ਇਹ ਘਟਨਾ ਕਿਹਨਾਂ ਹਾਲਾਤਾਂ ਦੇ ਵਿੱਚ ਵਾਪਰੀ ਤਾਂ ਉਹਨਾਂ ਕੀ ਦੱਸਿਆ, ਆਓ ਤੁਹਾਨੂੰ ਇਹ ਵੀ ਸੁਣਾਉਂਦੇ ਹਾਂ। ਮੈਂ ਸਾਬਕਾ ਸਰਪੰਚ ਪਰਮਜੀਤ ਰੋਖੇ, ਬੇਟਾ ਸੀ, ਤਕਰੀਬਨ 3 ਸਾਲ ਹੋ ਗਏ ਗਏ ਨੂੰ ਆਸਟ੍ਰੇਲੀਆ ਦੇ ਵਿੱਚ। ਸਾਡੀ ਜਿਹੜੀ ਲੜਕੀ ਆ ਉਹਨੂੰ ਤਕਰੀਬਨ 9.5 ਸਾਲ ਹੋ ਗਏ ਗਈ ਨੂੰ, ਮੈਰਿਜ ਹੋਈ ਸੀ ਇਹਦੀ ਆਸਟ੍ਰੇਲੀਆ ਦੇ ਵਿੱਚ। ਇਹ ਉੱਥੇ ਟਰੈਕਿੰਗ ਦਾ ਕੰਮ ਕਰਦਾ ਸੀ ਅਤੇ ਵਾਪਸੀ 'ਤੇ ਆ ਰਿਹਾ ਸੀ। ਟੋਟਲ ਸਫ਼ਰ 700 ਮੀਲ ਦਾ ਸੀ, 500 ਕਵਰ ਕਰ ਗਿਆ, 200 ਅਜੇ ਘਰ ਦੇ ਲਾਗੇ ਰਹਿ ਗਿਆ ਸੀ ਕਰਨ ਵਾਲਾ। ਗੱਡੀ ਜਿਹੜੀ ਸੀ ਉਹ ਲੋਡਡ ਸੀ, ਬੇਕਾਬੂ ਹੋ ਕੇ ਦਰਖਤ ਜਾ ਟਕਰਾਈ, ਟਕਰਾਉਂਦਿਆਂ ਸਾਰੀ ਜਿਹੜੀ ਆ ਸਾਰੀ ਜਿਹੜੀ ਟ੍ਰੇਲਰ ਸੀ ਉਹਨੂੰ ਅੱਗ ਲੱਗ ਗਿਆ। ਕੰਟਰੋਲ ਜਿਹੜਾ ਮੌਕੇ 'ਤੇ ਹੋ ਨਹੀਂ ਸਕਿਆ ਅਤੇ ਸਾਰੀ ਗੱਡੀ ਝੁਲਸ ਗਈ। ਉਹਨੂੰ ਡੈੱਡ ਬੋਡੀ ਦਾ ਅਜੇ ਕਨਫਰਮ ਨਹੀਂ ਹੋ ਰਿਹਾ, ਬੱਚੀ ਆ ਜਾਂ ਨਹੀਂ ਬੱਚੀ, ਕੋਈ ਇਨਫੋਰਮੇਸ਼ਨ ਨਹੀਂ ਆ ਰਹੀ ਸਹੀ। ਅਸੀਂ ਜਾਵਾਂਗੇ, ਜਾ ਕੇ ਪਤਾ ਕਰਾਂਗੇ ਅਤੇ ਉਸ ਹਿਸਾਬ ਨਾਲ ਜਿਹੜਾ ਅਸੀਂ ਡੈੱਡ ਬੋਡੀ ਨੂੰ ਇੱਧਰ ਲਿਆਵਾਂਗੇ। ਫੈਮਿਲੀ 'ਚ ਉੱਥੇ ਸਿਰਫ ਉਹਦੀ ਘਰਵਾਲੀ ਆ ਜਾਂ ਉਹਦਾ ਬੇਟਾ 1.25 ਸਾਲ ਦਾ। ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬੱਬੂ ਮਹਾਜਨ ਦੀ ਰਿਪੋਰਟ।